ਲੱਖਾਂ ਖੁਸ਼ੀਆਂ ਉਸ ਨੂੰ ਮਿਲਦੀਆਂ ਹਨ ਜਿਹੜਾ ਇੱਕ ਵਚਨ ਕਮਾ ਲਵੇ। ਸਾਧ ਸੰਗਤ ਬੋਲੋ ਸ਼੍ਰੀ ਵਾਹਿਗੁਰੂ। ਇੱਕ ਵਚਨ ਆਖਿਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਫਿਰ ਨਦਰ ਕਿਹਨਾਂ ਨੂੰ ਮਿਲੀ? ਹਜ਼ੂਰ ਨੇ ਅਗਲੇ ਵਚਨ ਵਿੱਚ ਹੀ ਕਹਿ ਦਿੱਤਾ, ਮੇਰੇ ਮਨ ਇਕਸ ਸਿਉ ਚਿਤ ਲਾਏ, ਇਕਸ ਬਿਨ ਸਭ ਥੰਦ ਹੈ, ਸਭ ਮਿਥਿਆ ਮੋਹ ਮਾਏ। ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਸਤਨਾਮ ਸ਼੍ਰੀ ਵਾਹਿਗੁਰੂ, ਜਿਨ੍ਹਾਂ ਨੇ ਹਰ ਵੇਲੇ ਉਸ ਨੂੰ ਚੇਤੇ ਰੱਖਿਆ, ਫਿਰ ਹਜ਼ੂਰ ਕਹਿਣ ਲੱਗੇ, ਲੱਖ ਖੁਸ਼ੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ, ਇੱਕ ਨਹੀਂ ਲੱਖਾਂ ਖੁਸ਼ੀਆਂ ਮਿਲਣਗੀਆਂ। ਕਿਹਨਾਂ ਨੂੰ? ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ, ਲੱਖ ਖੁਸ਼ੀਆਂ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਪਾਤ
ਜੇ ਸਤ ਗੁਰ ਨਦਰ ਕਰੇ, ਜੇ ਸਤ ਗੁਰ ਨਦਰ ਕਰੇ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਸਭੇ ਥੋਕ ਪ੍ਰਾਪਤੇ, ਸਭੇ ਥੋਕ ਪ੍ਰਾਪਤੇ, ਇਹ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ, ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ, ਗੁਰ ਤੇ ਮਹਿਲ ਪ੍ਰਾਪਤੇ, ਜਿਸ ਲਿਖਿਆ ਹੋਵੇ ਮਥ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜਪੋ ਜੀ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ, ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਮੇਰੇ ਮਨ ਏਕਸ ਸਿਓ ਚਿਤ ਲਾਏ, ਏਕਸ ਸਿਓ ਚਿਤ ਲਾਏ, ਏਕਸ ਬਿਨ ਸਭ ਧੰਦ ਹੈ, ਸਭ ਮਿੱਥਿਆ ਮੋਹ ਮਾਏ, ਸਫਲ ਮੂਰਤ ਸਫਲਾ ਘੜੀ, ਸਫਲ ਮੂਰਤ ਸਫਲਾ ਘੜੀ, ਜਿਤ ਸੱਚੇ ਨਾਲ ਪਿਆ, ਦੁੱਖ ਸੰਤਾਪ ਨਾ ਲੱਗੀ, ਉਹ ਜਿਸ ਹਰ ਕਾ ਨਾਮ ਆਧਾਰ, ਬਾਹਾਂ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ, ਆਖੇ ਇਹ ਜਿਹੜੀ ਕੜੀ ਸਤ ਸੰਗਤ ਵਿੱਚ ਬਹਿ ਕੇ ਜਪ ਰਹੀ ਹੋ ਨਾ, ਸਤਨਾਮ ਸ਼੍ਰੀ ਵਾਹਿਗੁਰੂ, ਸਮਾਂ ਤਾਂ ਬਾਹਰ ਵੀ ਬਤੀਤ ਹੋ ਜਾਣਾ ਸੀ, ਪਰ ਇਹ ਸਮਾਂ ਸਫਲ ਹੈ, ਕਿਉਂਕਿ ਇਹ ਸਮਾਂ ਨਿਰੰਕਾਰ ਦੀ ਯਾਦ ਵਿੱਚ ਜੁੜੇ ਬੈਠੇ, ਸਮੇਂ ਦਾ ਗੁਜ਼ਰ ਜਾਣਾ ਕੁਝ ਹੋਰ ਹੁੰਦਾ ਹੈ, ਸਮੇਂ ਦਾ ਸਫਲ ਹੋ ਜਾਣਾ ਕੁਝ ਹੋਰ ਹੈ, ਤੇ ਸਫਲ ਕਿਨ੍ਹਾਂ ਦਾ ਹੋਇਆ, ਮੇਰੇ ਪਾਤਸ਼ਾਹ ਕਹਿਣ ਲੱਗੇ, ਸਫਲ ਮੂਰਤ ਸਫਲਾ ਕੜੀ, ਜਿਤ ਸੱਚੇ ਨਾਲ ਪਿਆ, ਜਦੋਂ ਗੁਰੂ ਕਾ ਸਿੱਖ ਆਪਣੇ ਗੁਰੂ ਦੀ ਯਾਦ ਵਿੱਚ ਜੁੜ ਕੇ ਬਹਿੰਦਾ ਹੈ, ਸਮਾਧੀ ਲਾ ਕੇ ਬਹਿੰਦਾ, ਉਸ ਦੀ ਯਾਦ ਵਿੱਚ ਜੁੜਦਾ, ਉਹ ਸਫਲ ਕੜੀਆਂ ਨੇ। ਇੱਥੋਂ ਤੱਕ ਮੇਰੇ ਪਾਤਸ਼ਾਹ ਨੇ ਆਖਿਆ, ਜਿਸ ਜਗ੍ਹਾ ਤੇ ਬਹਿ ਕੇ ਨਾਮ ਜਪੀਏ ਨਾ, ਉਹ ਜਗ੍ਹਾ ਵੀ ਪਵਿੱਤਰ ਹੋ ਜਾਂਦੀ ਹੈ, ਉਹ ਹਿਰਦੇ ਵੀ ਪਵਿੱਤਰ ਹੋ ਜਾਂਦੇ ਹਨ, ਥਾਨ ਸੁਹਾਵਾ ਪਵਿੱਤ ਹੈ, ਜਿੱਥੇ ਸੰਤ ਸਭਾ, ਟੋਈ ਤਿਸ ਹੀ ਨੌ ਮਿਲੈ ਜਿਨ ਪੂਰਾ ਗੁਰ ਲੱਭਾ, ਨਾਨਕ ਬੱਧਾ ਘਰ ਤਾਂ, ਜਿੱਥੇ ਮਿਰਤ ਨਾ ਜਨਮ ਜਾ। ਤਾਂ ਇਹ ਸਾਰੀਆਂ ਬਰਕਤਾਂ ਸਿੱਖ ਨੂੰ ਕਦੋਂ ਮਿਲਦੀਆਂ ਹਨ, ਜਦੋਂ ਸਿੱਖ ਗੁਰੂ ਨੂੰ ਚੇਤੇ ਰੱਖਦਾ ਹੈ, ਯਾਦ ਕਰਦਾ ਹੈ। ਅਸੀਂ ਨਿਰੰਕਾਰ ਦਾ ਹੋਰ ਕੁਝ ਨਹੀਂ ਸਵਾਰ ਸਕਦੇ, ਬਸ ਇੱਕ ਨਿਰੰਕਾਰ ਨੂੰ ਚੇਤੇ ਰੱਖੀਏ, ਜੀਵਨ ਆਨੰਦਮਈ ਹੋ ਜਾਏਗਾ, ਤੁਦ ਚਿੱਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ। ਤਾਂ ਆਓ ਭਾਈ, ਜੇ ਸੁਖੀ ਹੋਣਾ ਚਾਹੁੰਦੇ ਹਾਂ,
ਜੇ ਖੁਸ਼ੀਆਂ ਲੱਭਦੇ ਹਾਂ ਤਾਂ ਖੁਸ਼ੀਆਂ ਤਾਂ ਉਸ ਨੂੰ ਚੇਤੇ ਕਰਨ ਵਿੱਚ ਹਨ। ਸਦ ਖੁਸ਼ੀਆਂ ਕੀਰਤਨ ਜਪਨ। ਆਓ ਸਾਰੇ ਪਿਆਰ ਨਾਲ ਪੜੀਏ। ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਸਾਰੇ ਜਪੋ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ, ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ। ਆਓ ਇੱਕ ਵਾਰ ਸਾਰੇ ਹਾਜ਼ਰੀ ਲਵਾਓ। ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰ ਨਦਰ ਕਰੇ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਇਤਨੀ ਸੇਵਾ ਪ੍ਰਵਾਨ ਕਰਨੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਨੂੰ ਖੁਸ਼ੀਆਂ ਬਖਸ਼ਣ। ਆਓ ਹਜ਼ੂਰ ਅੱਗੇ ਸਿਰ ਨਵਾਈਏ, ਗਜਾਓ ਗੁਰੂ ਕੀ ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ।